अपाहनु कैंसर नहीं जा सकते, एफएमएसी की तरह ही बायोप्सी बायोप्सी शब्द सुने कदे? जिन्हें जिन्हें बायोप्सी शब्द सुने हो दसो हाथ खड़े कर दो। नहीं हाँ, बायोप्सी भी जितना एफएमएसी नाल असीं टीके दे नाल अंदरों असीं पानी लैंदे हैं, बायोप्सी दे विच की हैगा जे कोई जख्म हैगा असीं उत्थों मांस दा टुकड़ा लैणा है, चीरा लगा के उत्थों मांस दा टुकड़ा कढ़ांगे, उन्हूं असीं माइक्रोस्कोप दे नीचे जांच करवावांगे, जे कैंसर वाले सैल होणगे तां ओह रिपोर्ट आ जाएगी। बायोप्सी दो तरह होंदी है, इक होंदी है पहले आपां ट्यूमर नूं पूरे नूं कढ लैणे आ, फिर उन्हूं बायोप्सी वास्ते भेज दिंदे आ कि कैंसर सीगी या नहीं कैंसर सीगी, नॉन कैंसर सीगी, उन्हूं असीं बिनाइन ट्यूमर कहने आ। ते या जे सानूं लगे कि कैंसर हो सकदा हैगा फिर असीं पहले उहदे विचों टुकड़ा लै लैंदे आ और उस तों बाद असीं उहदा ऑपरेशन प्लान करदे आ, स्टेजिंग करदे। सो जे कैंसर आ भी जांदा हैगा ਤਾਂ ਆਪਾਂ ਕੈਂਸਰ ਤੋਂ ਡਰਨਾ ਨਹੀਂ ਹੈਗਾ, ਕਿਉਂਕਿ ਹੁਣ ਕੈਂਸਰ ਦਾ ਇਲਾਜ ਬਹੁਤ ਅੱਛਾ ਹੈਗਾ। ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਟੇਜ 1 ਦੇ ਉੱਤੇ ਸਰਜੀਕਲ ਆਕਸੀਜਨ ਇਜ਼ ਦਾ ਬੈਸਟ ਟ੍ਰੀਟਮੈਂਟ, ਟਿਊਮਰ ਹੋਇਆ, ਕੋਈ ਜ਼ਖਮ ਹੋਇਆ, ਕਿਸੇ ਜਗ੍ਹਾ ਬਿਮਾਰੀ ਹੋਈ, ਆਪਾਂ ਉਸ ਚੀਜ਼ ਨੂੰ ਚੱਕ ਕੇ ਬਾਹਰ ਕੱਢ ਕਰ ਅਤੇ ਗੱਲ ਖਤਮ। ਇਸ ਤੋਂ ਵਧੀਆ ਹੋਰ ਕੁਛ ਨਹੀਂ ਹੈ। ਅਤੇ ਜੇ ਉਹ ਕਿਤੇ ਹੋਰ ਫੈਲਿਆ ਹੋਇਆ ਵੀ ਹੈਗਾ ਫਿਰ ਡਾਕਟਰ ਦੀ ਮਾਨ ਹੈਗੇ ਨੇ, ਫਿਰ ਇਹਨਾਂ ਕੋਲ ਕੀਮੋਥੈਰੇਪੀ ਹੈ ਜਿਹਦੇ ਨਾਲ ਕਿ ਜਿੱਥੇ ਜਿੱਥੇ ਵੀ ਕੈਂਸਰ ਫੈਲਿਆ ਹੋਇਆ ਹੈ ਉਸ ਉਸ ਸਾਈਟ ਨੂੰ ਅਟੈਕ ਕਰਨ ਵਾਲੀ ਸਾਡੇ ਕੋਲ ਦਵਾਈਆਂ ਹੈ ਜਿਹੜੀਆਂ ਉੱਥੇ ਜਾ ਕੇ ਆਪਾਂ ਡਰਨਾ ਨਹੀਂ ਹੈਗਾ। ਆਪਾਂ ਟੈਸਟ ਕਰਾਉਣ ਤੋਂ ਨਹੀਂ ਡਰਨਾ, ਟੈਸਟ ਕਰਾਉਣ ਤੋਂ ਬਾਅਦ ਆਪਾਂ ਇਲਾਜ ਦੇ ਵਿੱਚ ਦੇਰੀ ਨਹੀਂ ਕਰਨੀ, ਬਾਅਦ ਆਪਾਂ ਫਾਲੋਅਪ ਟ੍ਰੀਟਮੈਂਟ ਨਹੀਂ ਛੱਡਣਾ। ਜੇ ਆਪਾਂ ਨੂੰ ਮੈਂ ਜੋ ਆਮ ਦੇਖ ਰਿਹਾ ਕੀ ਹੁੰਦਾ ਹੈਗਾ, ਜਦੋਂ ਕਿਸੇ ਪੇਸ਼ੈਂਟ ਨੂੰ ਅਸੀਂ ਪਹਿਲੇ ਕਹਿੰਦੇ ਹਾਂ ਤੁਹਾਨੂੰ ਕੈਂਸਰ ਹੋ ਸਕਦਾ ਆਪਾਂ ਟੈਸਟ ਕਰਾ ਲਏ, ਟੈਸਟ ਕਰਾ ਲਏ, ਪਹਿਲੇ ਤਾਂ ਉਹ ਰਿਪੋਰਟ ਮਿਲਣ ਸਾਰ ਨਾ ਲੈਬੋਰਟਰੀ ਵਾਲੇ ਦੀ ਸਾਡੇ ਕੋਲ ਆ ਕੇ ਗੱਲ ਕਰਨਗੇ, ਸਰ ਉਹ ਕਹਿੰਦੇ ਸੀ ਠੀਕ ਹੀ ਹੈ, ਅਸੀਂ ਅਜੇ ਰਿਪੋਰਟ ਪੜ੍ਹੀ ਨਹੀਂ ਹੁੰਦੀ।